ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਏਵਨ ਟਰਬਨ ਟ੍ਰੇਨਿੰਗ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਵੈਰੀਫਾਈਡ ਚੈਨਲ ਦੇ ਵਿੱਚ, ਵਰਲਡ ਦਾ ਪਹਿਲਾ ਵੈਰੀਫਾਈਡ ਟਰਬਨ ਟ੍ਰੇਨਿੰਗ ਚੈਨਲ। ਵੈਲਕਮ ਟੂ ਦ ਟਿਪ ਆਫ ਦਾ ਡੇ। ਟਿਪ ਆਫ ਦਾ ਡੇ ਵਿੱਚ ਅੱਜ ਦੱਸਿਆ ਜਾਊਗਾ ਕਿ ਜੋ ਸਾਡੇ ਇੱਕ ਫੈਨ ਨੇ ਪੁੱਛਿਆ ਹੈ, ਫੈਨ ਦਾ ਨਾਮ ਹੈ ਸੁਖਮਨ। ਸੁਖਮਨ ਜੀ ਪੁੱਛਦੇ ਨੇ ਕਿ ਮੇਰੀ ਦਸਤਾਰ ਜਿਹੜੀ ਹੈ ਉਹ ਉੱਚੀ ਹੋ ਜਾਂਦੀ ਹੈ, ਅਤੇ ਉਹਦਾ ਕੋਈ ਟ੍ਰਿਕ ਦੱਸੋ ਕਿ ਉਹ ਆਪਣੀ ਜਿਹੜੀ ਬੈਲੈਂਸ 'ਚ ਰਹੇ। ਸੋ ਅੱਜ ਅਸੀਂ ਇਸ ਪ੍ਰੋਬਲਮ ਦਾ ਹੱਲ ਦੱਸਾਂਗੇ। ਸੋ ਲੈਟਸ ਗੈਟ ਸਟਾਰਟਡ। ਦੇਖੋ ਜੀ, ਇਹ ਜਿਹੜੀ ਪ੍ਰੋਬਲਮ ਹੈ ਆਲਮੋਸਟ ਹਰ ਇੱਕ ਜਣੇ ਨੂੰ ਫੇਸ ਕਰਨੀ ਪੈਂਦੀ ਹੈ ਜਿਹੜਾ ਨਵੇਂ ਨਵੇਂ ਦਸਤਾਰ ਬੰਨਦਾ ਹੈ, ਅਤੇ ਕਈ ਲੋਕਾਂ ਨੂੰ ਪੁਰਾਣੀ ਸ਼ੁਰੂ ਤੋਂ ਹੀ ਆਦਤ ਪਈ ਹੁੰਦੀ ਹੈ ਕਿ ਪੱਗ ਉੱਚੀ ਬੰਨਦੇ ਨੇ, ਅਤੇ ਕਈਆਂ ਦੀ ਪੱਗ ਜਿਹੜੀ ਬਹੁਤ ਨੀਵੀਂ ਵੀ ਹੁੰਦੀ ਹੈ। ਠੀਕ ਹੈ ਜੀ, ਇਹ ਦੋਨੋਂ ਤਰੀਕੇ ਜਿਹੜੇ ਸੇਮ ਇੱਕੋ ਹੀ ਟ੍ਰਿਕ ਦੇ ਨਾਲ ਸਹੀ ਹੋਣਗੇ, ਰਾਈਟ। ਦੇਖੋ, ਜੇ ਤਾਂ ਅਸੀਂ ਜਿਹੜਾ ਫਸਟ ਪਿੰਚ ਹੈ ਦਸਤਾਰ ਦਾ, ਕਹਿੰਦਾ ਮਤਲਬ ਕਿ ਪਹਿਲਾ ਲੜ ਜਿਹੜਾ ਅੱਧੀ ਅੱਖ ਅੱਧੀ ਗੱਲ ਅੱਧੇ ਕੰਨ 'ਤੇ ਅੱਧਾ ਮੱਥਾ ਜਿਹੜਾ ਨਾਲ ਯੂਜ਼ ਕਰਕੇ ਲਗਾਉਂਦੇ ਹਾਂ, ਉੱਥੇ ਉਹ ਬਾਅਦ ਜਿਹੜਾ ਲੜਾ ਲੜ ਆਉਂਦਾ ਹੈ, ਕਹਿੰਦਾ ਮਤਲਬ ਆਪਣੀ ਦਸਤਾਰ ਦਾ ਦੂਜਾ ਲੜ ਅਤੇ ਪਹਿਲਾ ਪਿੰਚ। ਪਹਿਲਾ ਪੱਲਾ ਤਾਂ ਉਹ ਲੱਗ ਗਿਆ ਜਿਹੜਾ ਹਾਫ ਆਈ ਹਾਫ ਸੀ ਹਾਫ ਇਟ 'ਤੇ, ਅਤੇ ਦੂਜਾ ਲੜ ਜਿਹੜਾ ਹੁੰਦਾ ਹੈ ਉਸ ਤੋਂ ਉੱਪਰ ਵਾਲਾ, ਅਤੇ ਉਹਦੇ ਵਿੱਚ ਜਿਹੜਾ ਪਿੰਚ ਲੱਗਣਾ ਹੁੰਦਾ ਹੈ, ਉਹਦੇ ਵਿੱਚ ਸਾਰੀ ਖੇਡ ਹੁੰਦੀ ਹੈ। ਉਹ ਕੀ ਖੇਡ ਹੈ ਕਿ ਜੇ ਤਾਂ ਤੁਸੀਂ ਪਿੰਚ ਲਗਾ ਦਿੱਤਾ 50, ਜਿਵੇਂ ਆਹ ਦਿਖ ਰਹੀ ਹੈ, ਠੀਕ ਹੈ 50 ਲਾ ਲਓ ਮੰਨ ਕੇ ਚਲੋ, ਜੇ ਤਾਂ ਪਿੰਚ ਤੁਸੀਂ ਲਗਾ ਦਿੱਤਾ ਥੱਲੇ, ਠੀਕ ਹੈ ਜੀ, ਫਿਰ ਤਾਂ ਪੱਗ ਆਜੂਗੀ ਇਸ ਜਗ੍ਹਾ 'ਤੇ। ਜੇ ਤਾਂ ਤੁਸੀਂ ਪਿੰਚ ਆਹ 50 ਤੋਂ ਲਗਾ ਤਾ ਇੱਥੇ, ਫਿਰ ਤਾਂ ਪੱਗ ਜਿਹੜੀ ਉੱਪਰ ਚਲ ਜਾਂਦੀ ਹੈ। ਸੋ ਮੇਨਲੀ ਧਿਆਨ ਤੁਸੀਂ ਇਹ ਰੱਖਣਾ ਹੈ ਕਿ 50 ਤੋਂ ਤੁਸੀਂ ਦੋ ਉਂਗਲਾਂ ਦੀ ਦੂਰੀ ਰੱਖ ਕੇ ਉੱਥੇ ਪਿੰਚ ਲਗਾਉਣਾ ਹੈ। 50 ਚਾਹੇ ਤੁਹਾਡੀ ਇੰਨੀ ਕੁ ਦਿਖੇ, ਪਰ ਦੋ ਉਂਗਲਾਂ ਹੋਣੀ ਚਾਹੀਦੀ ਆ, ਛੋਟਾ ਜਿਹਾ ਟ੍ਰਾਇੰਗਲ ਬਣੇਗਾ ਤੁਹਾਡਾ ਸਾਈਡ 'ਤੇ, ਇਹਦੇ ਨਾਲ ਜਿਹੜੀ ਦਸਤਾਰ ਤੁਹਾਡੀ ਆ ਇੱਕ ਪੋਜੀਸ਼ਨ 'ਤੇ ਆਏਗੀ। ਸੈਕਿੰਡ ਵੇ ਹੈ ਕਿ ਤੁਸੀਂ ਦਸਤਾਰ ਦੇ ਨੀਚੇ ਹਮੇਸ਼ਾ ਬੇਸ ਜਿਹੜਾ ਪ੍ਰੋਪਰ ਬਣਾਉਣਾ ਹੈ, ਕਹਿਣ ਦਾ ਮਤਲਬ ਜਿਹੜਾ ਪਟਕਾ ਖਿਸਕਾਵਾਂ ਨਹੀਂ ਬਣਨਾ, ਕਹਿੰਦਾ ਮਤਲਬ ਕਿ ਸਲਿਪਰੀ ਜਿਹੜਾ ਪਟਕਾ ਹੁੰਦਾ ਨਾ, ਸਲਿਪ ਹੋਣ ਵਾਲਾ, ਉੱਦਾਂ ਦਾ ਨਹੀਂ ਪਟਕਾ ਬਣਨਾ। ਗੋਲ ਪਰਨਾ ਬੰਨੋ ਪ੍ਰੋਪਰਲੀ, ਜਾਂ ਟਾਈਟ ਪਟਕਾ ਬੰਨੋ ਜੇ ਤੁਹਾਡੀ ਜਿਹੜੀ ਸਿਰ ਆ ਜਿਹੜਾ ਨੋਟ ਜਿਹੜੀ ਸਹਾਰ ਸਕਦਾ, ਤਾਂ ਤੁਸੀਂ ਜਿਹੜਾ ਤਣੀਆਂ ਵਾਲਾ ਪਟਕਾ ਵੀ ਬੰਨ ਸਕਦੇ ਹੋ। ਪ੍ਰੋਪਰ ਬੇਸ ਬਣਾਇਆ ਕਰੋ, ਬੇਸ ਤੁਹਾਡਾ ਫਿਕਸ ਹੋਣਾ ਚਾਹੀਦਾ। ਇਹ ਜਿਹੜੇ ਮੇਨ ਜਿਹੜੇ ਦੋ ਤਰੀਕੇ ਨੇ ਜਿਹੜੇ ਦਸਤਾਰ ਨੂੰ ਪਕੜ ਵਿੱਚ ਰੱਖਦੇ ਨੇ, ਅਤੇ ਸਭ ਤੋਂ ਮੇਨ ਜਿਹੜਾ ਤਰੀਕਾ ਸੀਗਾ ਪਿੰਚ ਜਿਹੜਾ ਤੁਸੀਂ ਇੱਕ ਸਹੀ ਪੋਜੀਸ਼ਨ 'ਤੇ ਲਾ ਦੋਗੇ, ਤਾਂ ਉੱਥੇ ਤੁਹਾਡੀ ਜਿਹੜੀ ਪੱਗ ਆ ਹਮੇਸ਼ਾ ਟਿੱਕੀ ਰਹੂਗੀ। ਸੋ ਇਹਨਾਂ ਨੂੰ ਯੂਜ਼ ਕਰੋ। ਥੈਂਕਸ ਫੋਰ ਵਾਚਿੰਗ, ਲਾਈਕ ਅਰ ਵੀਡੀਓ, ਸ਼ੇਅਰ ਅਵਰ ਚੈਨਲ, ਸਾਡੇ ਨਾਲ ਜੁੜੇ ਰਹਿਣਾ ਜੀ, ਅਤੇ ਦੇਖਦੇ ਰਹਿਣਾ ਇਸੇ ਤਰ੍ਹਾਂ ਸਾਡੀਆਂ ਸਾਰੀਆਂ ਵੀਡੀਓਜ਼। ਹੁਣ ਅਸੀਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਜਲਦ ਤੋਂ ਜਲਦੀ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।